ਸਕਾ ਭਰਾ ਸੀ ਤੁਹਾਡਾ? ਨਹੀਂ, ਮੇਰਾ ਦੋਸਤ ਸੀ। ਅੱਛਾ, ਇੱਥੇ ਮਤਲਬ ਇਹ ਆਪਣਾ ਉਹਦੀ ਬੱਚਾ ਵੀ ਨਾਲ ਸੀ? ਬਿਲਕੁਲ ਜੀ, ਛੋਟੀ ਬੇਟੀ ਸੀ ਜੀ, ਜਪਜੀਤ ਕੌਰ, 5 ਸਾਲ ਦੀ। ਉਹਨੂੰ ਕੀ ਹੋਇਆ ਨਾਲ? ਉਹਨੇ ਵੀ ਸੁਸਾਈਡ ਦੇ ਨਾਲ ਹੀ ਰਾਤ ਨੂੰ, ਰੱਬ ਜਾਣਦਾ ਜੀ ਇਹਨੇ ਕਿੱਦਾਂ ਕੀਤਾ ਕਿੱਦਾਂ ਨਹੀਂ ਕੀਤਾ, ਮਾਲਕ ਜਾਣਦਾ। ਅੱਜ ਤਾਂ ਸਵੇਰੇ ਪਤਾ ਲੱਗਿਆ ਜਦੋਂ ਮਾਸੀ ਆਈ ਆ ਤਾਂ ਘਰੇ ਆਏ ਆ, ਗੇਟ ਖੋਲਿਆ ਉਦੋਂ ਪਤਾ ਲੱਗਿਆ। ਮਤਲਬ ਅੰਦਰ ਰਾਤ ਦੇ ਹੀ ਪਏ ਸੀ ਇਸ ਹਿਸਾਬ ਨਾਲ ਡੈਡ? ਹੈ, ਹਾਂਜੀ ਬਿਲਕੁਲ, ਜਦੋਂ ਫਾਹਾ ਲੈ ਲਿਆ ਸੁਸਾਈਡ ਕਰ ਲਿਆ, ਫਿਰ ਰਾਤ ਦੀ ਸੀ ਜੀ। ਪ੍ਰਦੀਪ ਦੀ ਮਾਸੀ ਜੀ ਨੇ ਲੈ ਆਉਣਾ ਸੀ ਆਪਣੀ ਬੇਟੀ ਨੂੰ, ਪਰ ਜਦੋਂ ਆ ਕੇ ਦੇਖਿਆ ਉਹਨਾਂ ਨੇ ਤੇ ਪਤਾ ਲੱਗਿਆ ਵੀ ਅੱਜ ਉਹਨਾਂ ਨੇ ਆਹ ਕੁਛ ਕਰ ਲਿਆ। ਮੈਂ ਦੋਨੋਂ ਅੰਦਰ ਡੈਡ ਬੋਡੀਆਂ ਪਈਆਂ ਸੀ? ਡੈਡ ਬੋਡੀਆਂ ਪਈਆਂ ਸੀ, ਉਹਨਾਂ ਨੇ ਲੜਕੇ ਹੋਏ ਸੀ ਪੱਖੇ ਨਾਲ। ਅੱਛਾ, ਕਿਹਦੀ ਲੜਕੀ ਹੋਈ ਸੀ? ਪ੍ਰਦੀਪ ਦੀ? ਦੋਨੇ ਲੜਕੇ ਇਕੱਠੇ ਹੀ ਲੜਕੇ ਹੋਏ ਸੀਗੇ, ਪੱਖੇ ਨਾਲ ਫਾਹਾ ਲਿਆ ਸੀ ਉਹਨਾਂ ਜਾਣੇ ਨੇ। ਪ੍ਰਦੀਪ ਹੋਣਾ ਨੇ ਤਾਂ ਉਹਨਾਂ ਦੀ ਜਿਹੜੀ ਬੇਟੀ ਹੈ ਨਾ ਜਪਜੀਤ ਕੌਰ, ਹਾਂਜੀ, ਦੋਨਾਂ ਨੇ ਆਤਮ ਹੱਤਿਆ ਕੀਤੀ ਹੈ। ਸਰਕਾਰ ਨੇ ਅਤੇ ਪੁਲਿਸ ਨੇ ਰਲ ਕੇ ਮਾਰਿਆ ਜੀ, ਕੈਪਟਨ ਅਮਰਿੰਦਰ ਅਤੇ ਬਾਈ ਨੇਮ ਪਰਚਾ, ਮੈਂ ਕਿਹਾ ਇਹਨਾਂ ਨੂੰ ਕਰੋ ਪੰਜਾਬ ਪੁਲਿਸ 'ਤੇ ਪਰਚਾ ਹੋਵੇ। ਡਰੱਗੀ ਇਹ ਚਿੱਟੇ ਦੀ ਤੋੜ ਸੀ ਜੀ, ਚਿੱਟਾ ਪੀਂਦਾ ਸੀ, ਚਿੱਟੇ ਪੀਣ ਕਰਕੇ ਅਸੀਂ ਤਾਂ ਸ਼ਰੇਆਮ ਕਹਿੰਦੇ ਵੀ ਸਾਡੇ ਵੱਲ ਤਾਂ ਗਿਆ ਭਾਈ, ਲੋਕਾਂ ਨੂੰ ਬਚਾ ਲਓ। ਪੱਬ ਜੀ ਡੈਥ ਦਾ ਕਾਰਨ ਵੀ ਇਹੀ ਸੀਗਾ, ਨਸ਼ਾ ਜਿਹੜਾ ਕਰਦਾ ਸੀ ਜੀ, ਪਰ ਇਹਦੇ ਵਿੱਚ ਜਿਹੜਾ ਬੱਚੀ ਦਾ ਕਸੂਰ ਮੈਨੂੰ ਸਮਝ ਨਹੀਂ ਆਇਆ ਉਹਦਾ ਕੀ ਕਸੂਰ ਸੀਗਾ ਜੀ, ਨਸ਼ੇ ਨੇ ਸਾਰਾ ਪਰਿਵਾਰ ਹੀ ਲੈ ਲਿਆ। ਅੱਛਾ, ਅਤੇ ਇਹਦੀ ਵਾਈਫ? ਵਾਈਫ ਦਾ 1 ਸਾਲ ਪਹਿਲਾਂ ਉਹਨਾਂ ਦੀ ਡੈਥ ਹੋ ਗਈ ਸੀ ਜੀ, ਉਸ ਤੋਂ ਪਹਿਲਾਂ 8 ਸਾਲ ਹੋ ਗਏ ਅਤੇ ਫਾਦਰ ਨੂੰ ਡੈਥ ਹੋ ਗਈ, ਮਦਰ ਨੂੰ ਡੈਥ ਹੋ ਗਈ ਸੀ, ਇਹਦਾ ਭਰਾ ਸੀ ਛੋਟਾ ਜੀ, ਉਹਦੀ ਡੈਥ ਹੋ ਗਈ ਸੀ, ਉਸ ਤੋਂ ਬਾਅਦ ਇਹ ਇਸ ਕਰਕੇ ਇਹ ਡਰੱਗੀ ਹੋ ਗਿਆ ਜੀ। ਪੰਜਾਬ ਸਰਕਾਰ ਨੇ ਅਤੇ ਪੁਲਿਸ ਨੇ ਰਲ ਕੇ ਮਾਰਿਆ ਜੀ, ਕੈਪਟਨ ਅਮਰਿੰਦਰ ਅਤੇ ਬਾਈ ਨੇਮ ਪਰਚਾ, ਮੈਂ ਕਿਹਾ ਇਹਨਾਂ ਨੂੰ ਕਰੋ ਪੰਜਾਬ ਪੁਲਿਸ 'ਤੇ ਪਰਚਾ ਹੋਵੇ। ਡਰੱਗੀ ਇਹ ਚਿੱਟੇ ਦੀ ਤੋੜ ਸੀ ਜੀ, ਚਿੱਟਾ ਪੀਂਦਾ ਸੀ, ਚਿੱਟੇ ਪੀਣ ਕਰਕੇ ਅਸੀਂ ਤਾਂ ਸ਼ਰੇਆਮ ਕਹਿੰਦੇ ਵੀ ਸਾਡੇ ਵੱਲ ਤਾਂ ਗਿਆ ਭਾਈ, ਲੋਕਾਂ ਨੂੰ ਬਚਾ ਲਓ। ਇਹ ਪੰਜਾਬ ਪੁਲਿਸ ਨੇ ਅਤੇ ਪੰਜਾਬ ਸਰਕਾਰ ਨੇ ਰਲ ਕੇ ਮਾਰਿਆ ਜੀ ਇਹਨੂੰ, ਇਹ ਮਰਡਰ ਕੀਤਾ ਇਹਨਾਂ ਨੇ, ਇਹ ਚਿੱਟਾ ਅੱਜ ਤੱਕ ਇਹਨਾਂ ਤੋਂ ਰੋਕ ਨਹੀਂ ਹੋਇਆ ਸਰਕਾਰ ਤੋਂ, ਇਹ ਸਰਕਾਰ ਦੀ ਸਾਰੀ ਅਣਦੇਖੀ ਆ ਜੀ, ਪਰਿਵਾਰ 'ਚ ਇਕੱਲਾ ਸੀ, ਸਾਰੇ ਇਹਦੀ ਸਾਰਿਆਂ ਦੀ ਮੌਤ ਹੋ ਚੁੱਕੀ ਆ। ਕਿੰਨੀ ਕੁ ਉਮਰ ਸੀਗੀ? 35 ਸਾਲ ਜੀ, ਮੇਰਾ ਹਾਣੀ ਸੀ ਜੀ, ਇਕੱਠੇ ਸ਼ੁਰੂ ਤੋਂ ਇਕੱਠੇ ਪੜ੍ਹੇ ਆ ਜੀ। ਭਰਾ ਸੀ ਮੇਰਾ? ਸਕਾ ਭਰਾ ਸੀ ਤੁਹਾਡਾ? ਨਹੀਂ, ਮੇਰਾ ਦੋਸਤ ਸੀ। ਅੱਛਾ, ਇੱਥੇ ਮਤਲਬ ਇਹ ਆਪਣਾ ਉਹਦੀ ਬੱਚਾ ਵੀ ਨਾਲ ਸੀ? ਬਿਲਕੁਲ ਜੀ, ਛੋਟੀ ਬੇਟੀ ਸੀ ਜੀ, ਜਪਜੀਤ ਕੌਰ, 5 ਸਾਲ ਦੀ। ਉਹਨੂੰ ਕੀ ਹੋਇਆ ਨਾਲ? ਉਹਨੇ ਵੀ ਸੁਸਾਈਡ ਦੇ ਨਾਲ ਹੀ ਰਾਤ ਨੂੰ, ਰੱਬ ਜਾਣਦਾ ਜੀ ਇਹਨੇ ਕਿੱਦਾਂ ਕੀਤਾ ਕਿੱਦਾਂ ਨਹੀਂ ਕੀਤਾ, ਮਾਲਕ ਜਾਣਦਾ। ਅੱਜ ਤਾਂ ਸਵੇਰੇ ਪਤਾ ਲੱਗਿਆ ਜਦੋਂ ਮਾਸੀ ਆਈ ਆ ਤਾਂ ਘਰੇ ਆਏ ਆ, ਗੇਟ ਖੋਲਿਆ ਉਦੋਂ ਪਤਾ ਲੱਗਿਆ। ਮਤਲਬ ਅੰਦਰ ਰਾਤ ਦੇ ਹੀ ਪਏ ਸੀ ਇਸ ਹਿਸਾਬ ਨਾਲ ਡੈਡ? ਹੈ, ਹਾਂਜੀ ਬਿਲਕੁਲ, ਜਦੋਂ ਫਾਹਾ ਲੈ ਲਿਆ ਸੁਸਾਈਡ ਕਰ ਲਿਆ, ਫਿਰ ਰਾਤ ਦੀ ਸੀ ਜੀ। ਕੀ ਨਾਂ ਕੀ ਸੀਗਾ ਮੁੰਡੇ ਦਾ? ਪ੍ਰਦੀਪ ਸਿੰਘ ਸਾਨੋ ਸਾਹ ਸੱਜਣ ਸਿੰਘ। ਅੱਛਾ, ਅਤੇ ਇਹਦੀ ਵਾਈਫ? ਵਾਈਫ ਦਾ 1 ਸਾਲ ਪਹਿਲਾਂ ਉਹਨਾਂ ਦੀ ਡੈਥ ਹੋ ਗਈ ਸੀ ਜੀ, ਉਸ ਤੋਂ ਪਹਿਲਾਂ 8 ਸਾਲ ਹੋ ਗਏ ਅਤੇ ਫਾਦਰ ਨੂੰ ਡੈਥ ਹੋ ਗਈ, ਮਦਰ ਨੂੰ ਡੈਥ ਹੋ ਗਈ ਸੀ, ਇਹਦਾ ਭਰਾ ਸੀ ਛੋਟਾ ਜੀ, ਉਹਦੀ ਡੈਥ ਹੋ ਗਈ ਸੀ, ਉਸ ਤੋਂ ਬਾਅਦ ਇਸ ਕਰਕੇ ਇਹ ਡਰੱਗੀ ਹੋ ਗਿਆ ਜੀ, ਡਰੱਗ 'ਤੇ ਲੱਗ ਗਿਆ, ਅਤੇ ਪੰਜਾਬ ਸਰਕਾਰ ਨੇ ਇੱਕ ਵੀ ਕਦਮ ਨਾ ਚੱਕਣ ਕਰਕੇ ਸਾਡਾ ਤਾਂ ਗਿਆ ਜੀ। ਇਹਨਾਂ ਨੇ ਇਹ ਕੈਪਟਨ ਅਮਰਿੰਦਰ, ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਜ਼ਿੰਮੇਵਾਰ ਆ ਜੀ ਇਹ 'ਚ, ਇਹਨਾਂ ਨੇ ਮਾਰਿਆ ਜੀ ਇਹਨਾਂ ਨੇ, ਇਹਨਾਂ ਨੇ ਨਸ਼ਾ ਰੋਕਿਆ ਹੀ ਨਹੀਂ, ਤਾਂ ਸਾਡਾ ਅੱਜ ਨੌਜਵਾਨ ਗਿਆ। ਉਸ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਸੀ ਇਹਨਾਂ ਨੇ ਚਿੱਟਾ ਬੰਦ ਹੀ ਨਹੀਂ ਕੀਤਾ ਜੀ। ਉਹ ਜਿਵੇਂ ਸਰਕਾਰ ਨੇ ਵਾਅਦੇ ਕੀਤੇ ਚਿੱਟਾ ਖਤਮ ਕਰ ਦਾਂਗੇ ਜੀ, ਤੁਸੀਂ ਦੇਖ ਲਓ ਜੀ, ਉਸ ਤੋਂ 10 ਸਾਲ ਪਹਿਲਾਂ ਵਾਅਦੇ ਕਿੱਥੇ ਗਏ, 10 ਸਾਲ ਬਾਦਲ ਸਰਕਾਰ ਰਹਿੰਦੀ ਹੈ, ਚਿੱਟਾ ਉਦੋਂ ਚਿੱਟੇ ਚਲੇ ਗਏ ਜੀ, ਸਾਡੇ ਵਾਲਾ ਸਾਡਾ ਸਭ ਤੋਂ, ਬਸ ਮੈਂ ਇੱਦਾਂ ਰਹਿ ਗਿਆ, ਮੇਰੇ ਕਹਿਣ ਦਾ ਮਤਲਬ ਜੀ ਇੰਨਾ ਦੁੱਖ ਹੈ, ਕਰ ਨਹੀਂ ਸਕਦੇ ਕੁਛ, ਕੀ ਕਰੀਏ, ਰੌਲਾ ਪਾਉਂਦੇ ਹਾਂ। ਡਿਪਟੀ ਸਾਹਿਬ ਆਏ, ਮੈਂ ਕਿਹਾ ਜੀ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦੇ ਹਾਂ, ਤੁਹਾਨੂੰ ਪਤਾ ਜੀ ਪੁਲਿਸ ਜਿਵੇਂ ਕਰਦੀ ਹੁੰਦੀ ਆ, ਸੇਮ ਉਹੀ ਹਾਲ ਜੀ। ਬੱਚੀ ਦੀ ਕਿੰਨੀ ਕੁ ਉਮਰ ਸੀ? 6 ਸਾਲ ਜੀ। ਠੀਕ ਹੈ ਜੀ, ਭਾਣਾ ਕੀ ਵਾਪਰਿਆ ਜਿਹਦੇ ਕਰਕੇ ਅੱਜ ਇੰਨਾ ਝਟਕਾ ਲੱਗਿਆ ਵੱਡਾ? ਜਿਹੜਾ ਸਭ ਤੋਂ ਵੱਡਾ ਕਾਰਨ ਤਾਂ ਇਹੀ ਆ ਕਿ ਜਿਹੜਾ ਪਰਿਵਾਰ ਦਾ ਵਿਛੋੜਾ ਪੈ ਗਿਆ ਹੁਣ ਤੱਕ ਜੀ, ਵਿਛੋੜੇ ਦੇ ਬਾਅਦ ਜਿਹੜਾ ਵੱਡਾ ਕਾਰਨ ਸੀਗਾ ਭਾਬੀ ਦੀ ਡੈਥ, ਭਾਬੀ ਦੀ ਡੈਥ ਦਾ ਕਾਰਨ ਵੀ ਇਹੀ ਸੀਗਾ, ਨਸ਼ਾ ਜਿਹੜਾ ਕਰਦਾ ਸੀ ਜੀ, ਨਸ਼ਾ ਬਹੁਤ ਟਾਈਮ ਤੋਂ ਕਰਦਾ ਸੀ, ਜਿਹਦਾ ਕਰਕੇ ਅੱਜ ਇਹ ਸਮਾਂ ਸਾਡੇ ਮੂਹਰੇ ਆਇਆ ਜੀ, ਪਰ ਇਹਦੇ ਵਿੱਚ ਜਿਹੜਾ ਬੱਚੀ ਦਾ ਕਸੂਰ ਮੈਨੂੰ ਸਮਝ ਨਹੀਂ ਆਇਆ ਉਹਦਾ ਕੀ ਕਸੂਰ ਸੀਗਾ ਜੀ, ਨਸ਼ੇ ਨੇ ਸਾਰਾ ਪਰਿਵਾਰ ਹੀ ਲੈ ਲਿਆ ਜੀ, ਬਸ ਇਸ ਕਰਕੇ ਸਮਝ ਨਹੀਂ ਆ ਰਿਹਾ ਕਿ ਨਸ਼ਾ ਕਦੋਂ ਖਤਮ ਹੋਊਗਾ, ਕਦੋਂ ਹੋਰ ਕਿੰਨੇ ਘੰਟੇ ਉੱਜੜਨਗੇ, ਹੋਰ ਕੁਛ ਕਹਿ ਨਹੀਂ ਸਕਦੇ। ਕੁਛ ਪਤਾ ਲੱਗਿਆ ਵੀ ਕਿਵੇਂ ਪਤਾ ਲੱਗਿਆ ਹੁਣ ਕਿ ਅੰਦਰ ਮਤਲਬ ਇੱਦਾਂ ਦੋ ਡੈਡ ਬੋਡੀ ਪਈਆਂ ਘਰ ਦੇ? ਅੱਜ ਪ੍ਰਦੀਪ ਦੀ ਮਾਸੀ ਜੀ ਨੇ ਲੈ ਆਉਣਾ ਸੀ ਆਪਣੀ ਬੇਟੀ ਨੂੰ, ਪਰ ਜਦੋਂ ਆ ਕੇ ਦੇਖਿਆ ਉਹਨਾਂ ਨੇ ਤੇ ਪਤਾ ਲੱਗਿਆ ਵੀ ਅੱਜ ਉਹਨਾਂ ਨੇ ਆਹ ਕੁਛ ਕਰ ਲਿਆ। ਮੈਂ ਦੋਨੋਂ ਅੰਦਰ ਡੈਡ ਬੋਡੀਆਂ ਪਈਆਂ ਸੀ? ਡੈਡ ਬੋਡੀਆਂ ਪਈਆਂ ਸੀ, ਉਹਨਾਂ ਨੇ ਲੜਕੇ ਹੋਏ ਸੀ ਪੱਖੇ ਨਾਲ। ਅੱਛਾ, ਕਿਹਦੀ ਲੜਕੀ ਹੋਈ ਸੀ? ਪ੍ਰਦੀਪ ਦੀ? ਦੋਨੇ ਲੜਕੇ ਇਕੱਠੇ ਹੀ ਲੜਕੇ ਹੋਏ ਸੀਗੇ, ਪੱਖੇ ਨਾਲ ਫਾਹਾ ਲਿਆ ਸੀ ਉਹਨਾਂ ਜਾਣਿਆਂ ਨੇ। ਅੱਛਾ, ਕੀ ਮੰਗ ਕਰਦੇ ਹੁਣ ਆਪਾਂ? ਕਿ ਮਤਲਬ ਪੰਜਾਬ ਸਰਕਾਰ ਨਸ਼ੇ 'ਤੇ ਠੱਲ ਪਾਵੇ,
ਜ਼ਰੂਰੀ ਆ ਜੀ ਇਹ, ਨਹੀਂ ਤਾਂ ਹੋਰ ਘਰ ਬਹੁਤ ਬਰਬਾਦ ਹੋਣਗੇ ਅਗਰ ਜੇ ਨਾਰ ਇਸ ਤਰ੍ਹਾਂ ਨਾ ਰੋਕਿਆ ਗਿਆ। ਠੀਕ ਹੈ ਜੀ, ਕਹਿ ਸਕਦੇ ਪ੍ਰਦੀਪ ਹੋਣਾ ਨੇ ਤਾਂ ਉਹਨਾਂ ਦੀ ਜਿਹੜੀ ਬੇਟੀ ਹੈ ਨਾ ਜਪਜੀਤ ਕੌਰ, ਹਾਂਜੀ ਦੋਨਾਂ ਨੇ ਆਤਮ ਹੱਤਿਆ ਕੀਤੀ ਹੈ ਅਤੇ ਇਹਨਾਂ ਨੇ ਇੱਕ ਹੱਥ ਲਿਖਤ ਇਹਨਾਂ ਦੀ ਜਿਹੜੀ ਹੈਗੀ ਆ ਉਹ ਇਹਨਾਂ ਨੇ ਦਿੱਤੀ ਹੈ ਕਿ ਉਹਦੇ ਵਿੱਚ ਹੱਥ ਲਿਖਤ ਜਿਹੜੀ ਹੈ ਉਹਦੇ ਵਿੱਚ ਦੱਸਿਆ ਵੀ ਕਿਸੇ ਦਾ ਕੋਈ ਕਸੂਰ ਨਹੀਂ ਹੈ ਅਤੇ ਮੈਂ ਇਹ ਆਪਣੀ ਮਰਜ਼ੀ ਦੇ ਨਾਲ ਆਤਮ ਹੱਤਿਆ ਆਪਣੀ ਕਰ ਰਿਹਾ ਹੈਗਾ, ਇੰਨਾ ਹੀ ਹੈਗਾ ਸੀ ਅਤੇ 174 ਦੀ ਕਾਰਵਾਈ ਕਰਕੇ ਇਹਦਾ ਪੋਸਟਮਾਰਟਮ ਕਰਵਾ ਕੇ ਅਤੇ ਨਤੀਜੇ ਦਾ ਜਾਣਦੇ। ਅਸੀਂ ਉਹਨਾਂ ਦੇ ਮਾਮਾ ਜੀ ਖੜ੍ਹੇ ਹੈਗੇ ਉਹਨਾਂ ਦੇ ਬਿਆਨਾਂ 'ਤੇ, ਉਹਨਾਂ ਦਾ ਬਿਆਨ ਸਰਦਾਰ ਸ਼ਮਸ਼ੇਰ ਸਿੰਘ ਸਾਨੂੰ ਫਰ ਚੱਲ ਸੀ। ਥੈਂਕ ਯੂ। ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਦਾ ਸਾਰੀ ਦੁਨੀਆ ਨੂੰ ਖੁੱਲ੍ਹਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਤੁਹਾਡਾ ਮਨ ਚਾਹਿਆ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕੰਮ ਹੋਣ ਤੋਂ ਬਾਅਦ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਨੂੰ, ਜੋ ਕਰਦੇ ਨੇ ਮੁਫ਼ਤ ਸੇਵਾ ਮੁਫ਼ਤ ਸਮਾਧਾਨ।